ਪ੍ਰਤਿਵਾਦੀ ਇੱਕ ਵਾਰ ਫਿਰ ਤੁਹਾਨੂੰ ਸਭ ਦਾ ਸਵਾਗਤ ਹੈ ਤੇ ਹੁਣ ਗੱਲ ਕਰਦੇ ਹਾਂ ਜ਼ੀਰਾ ਦੀ ਜ਼ੀਰਾ ਦੇ ਵਿੱਚ ਸ਼ਰਾਬ ਫੈਕਟਰੀ ਦੀ ਮੁਖਾਲਫਤ ਲਗਾਤਾਰ ਚੱਲੀ ਹੈ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵੱਸ਼ੇਦ ਕਿਸਾਨ ਅਤੇ ਤਰਨਾ ਕਾਰੀਗਾਂ ਚ ਵੀ ਡਟੇ ਹੋਏ ਹਨ ਕਰੀਬ 5 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਹਾਦ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਗ੍ਰਿਫਤਾਰ ਕਿਸਾਨਾਂ ਨੂੰ ਛੱਡਣ ਅਤੇ ਪੁਲਿਸ ਵੱਲੋਂ ਦਰਜ ਸਾਰੇ ਬਰਛੇ ਰਾਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਪਿਆ ਜੋ ਸਿਵ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਵੀ ਆਈ ਉਹਨਾਂ ਦੱਸਦੀ ਹੈ ਕਿ ਬਕਾਇਦਾ ਮੰਗ ਕੀਤੀ ਜਾ ਰਹੀ ਹੈ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ ਜਦ ਤੱਕ ਸ਼ਰਾਬ ਫੈਕਟਰੀ ਬੰਦ ਨਹੀਂ ਹੁੰਦੀ ਤਦ ਤੱਕ ਇਹ ਦਰਨਾ جاری ਰਹੇਗਾ ਇਸ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਨਾ ਦਰਨਾ ਕਾਰੀਆਂ ਦੇ ਵੱਲੋਂ ਉੱਥੇ ਬਕਾਇਦਾ ਸ਼ਰਾਬ ਫੈਕਟਰੀ ਦੇ ਬਾਹਰ ਪੂਰੇ ਪ੍ਰਬੰਧ ਕਰ ਲਿੱਤੇ ਗਏ ਨੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਰਮਨਦੀਪ ਬਣੇ ਹੋਏ ਨੇ ਸਾਡੇ ਨਾਲ ਐਸੇ ਖਬਰ ਤੇ ਉਹਨਾਂ ਦਾ ਰੁਕਾ ਲੈਣੇ ਆ ਤਸਵੀਰਾਂ ਲੈ ਲੈਣੇ ਆ ਰਮਨ ਤੋਂ ਰਮਨ ਕੀ ਚੱਲ ਰਹੀ ਹੈ ਕੀ ਜਾਣਕਾਰੀ ਅੱਜ ਮੀਟਿੰਗ ਵੀ ਹੋਣੀ ਹੈ ਸੁੱਕ ਕਿਸਾਨ ਮੋਰਚੇ ਦੇ ਨਾਲ ਕਾ ਵੀ ਬਿਲਕੁਲ ਕਿਉਂਕਿ ਹੁਣ ਤੋਂ ਕੁਝ ਕੁਝ ਦਿਨ ਬਾਅਦ ਜਿਹੜੀ ਹੈਗੀ ਹੈ ਜਿਹੜੀ ਲੋਕਲ ਕਮੇਟੀ ਔਰ ਐਸਕੇਮ ਦੀ ਜੋ 6 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨਾਂ ਦੀ ਮੀਟਿੰਗ ਹੋ ਵੀ ਗਈ ਉਸ ਦੇ ਵਿੱਚ ਅਗਲੀ ਰਣਨੀਤੀ ਹੋ ਗਈ ਔਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਨਾਲ ਵੀ ਇੱਕ ਮੀਟਿੰਗ ਹੋ ਵੀ ਗਈ ਕਿਉਂਕਿ ਮਾਹੌਲ ਕੱਲ ਜਿਆਦਾ ਤਣਾਅ ਵਾਲਾ ਸੀ ਔਰ ਐਸਕੇਮ ਸਿੱਧੇ ਤੌਰ ਤੇ ਜੋ ਪਿਛਲੇ ਦਿਨ ਮੀਟਿੰਗ ਹੋਈ ਸੀ ਕਹਿ ਚੁੱਕਿਆ ਹੈ ਕਿ ਸਭ ਤੋਂ ਪਹਿਲਾਂ ਜੋ ਦਰਜ ਪਰਚੇ ਨੇ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਨੇ तकरीबन 250 ਤੋਂ ਵੱਧ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਉਸ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਐਫਆਈਆਰ ਵਾਪਸ ਲਈ ਜਾਵੇ ਜਿਹੜੇ ਲੋਕ ਡਿਟੇਨ ਕੀਤੇ ਗਏ ਨੇ ਉਹਨਾਂ ਲੋਕਾਂ ਨੂੰ ਰਿਹਾ ਕੀਤਾ ਜਾਵੇ ਔਰ ਜੋ ਹੁਣ ਤੱਕ ਲਾਇਸੈਂਸ ਕੈਨਸਲ ਕੀਤੇ ਗਏ ਨੇ ਅਸਲਾ ਲਾਇਸੈਂਸ ਇਨ੍ਹਾਂ ਕਿਸਾਨਾਂ ਦੇ ਉਹਨਾਂ ਨੂੰ ਮੌੜ ਬਹਾਲ ਕੀਤਾ ਜਾਵੇ ਔਰ ਕਿਸੇ ਵੀ ਆਗੂ ਦੇ ਘਰ ਛਾਪੇਮਾਰੀ ਨਾ ਹੋਵੇ ਕਿਸੇ ਆਗੂ ਨੂੰ ਡਰਾਇਆ ਨਾ ਜਾਵੇ ਉਹਦੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਨਾ ਹੋਵੇ ਰਾਤ ਭਰਾਂ ਤੇ ਕੋਈ ਛਾਪੇਮਾਰੀ ਨਾ ਹੋਵੇ ਇਹ ਗੱਲਾਂ ਪਹਿਲਾਂ ਪ੍ਰਸ਼ਾਸਨ ਨੇ ਇਸ ਤੋਂ ਬਾਅਦ ਅਗਲੀ ਗੱਲਬਾਤ ਸ਼ੁਰੂ ਹੋਵੇਗੀ ਤਾਂ ਕੱਲ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈਗੀ ਤਰੀਕ ਹੈਗੀ ਆ ਇਸ ਨੂੰ ਲੈ ਕੇ ਬਕਾਇਦਾ ਤੌਰ ਤੇ ਮਾਹੌਲ ਜਿਆਦਾ ਤਣਾਅ ਵਾਲਾ ਨਾ ਰਹੇ ਤਾਂ ਇਸ ਨੂੰ ਲੈ ਕੇ ਤਿਆਰੀਆਂ ਬਕਾਇਦਾ ਤੌਰ ਤੇ ਪ੍ਰਸ਼ਾਸਨ ਆਪਣੇ ਤੌਰ ਤੇ ਵੀ ਕਰ ਰਿਹਾ ਔਰ ਆਪਣੇ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਲਗਾਤਾਰ ਹੱਲ-ਵਲ ਕੱਢਣ ਹੱਲ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੈ ਤਾਂ ਇੱਕ ਪਾਸੇ ਅੱਜ ਫਿਰ ਜਿਹੜਾ ਹੈਗਾ ਜੀਰਾ ਫੈਕਟਰੀ ਦੇ ਮੂਹਰੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਲਗਾਤਾਰ ਸਵੇਰ ਤੋਂ ਹੀ ਗਿਣਤੀ ਕਿਸਾਨਾਂ ਦੀ ਇੱਥੇ ਵੱਧ ਰਹੀ ਹੈ ਔਰ ਦੂਸਰੇ ਪਾਸੇ ਕੱਲ ਥੋੜਾ ਜਿਹਾ ਪੁਲਿਸ ਬੇਸ਼ੱਕ ਘੱਟ ਗਿਣਤੀ ਦੇ ਵਿੱਚ ਸੀ ਅੱਜ ਪੁਲਿਸ ਵੀ ਵੱਧ ਗਿਣਤੀ ਦੇ ਵਿੱਚ ਹੈ ਠੀਕ ਉਸੇ ਪੁਆਇੰਟ ਤੇ ਖੜੇ ਹਾਂ ਜਿੱਥੇ ਬੀਤੇ ਦਿਨੀ ਟਕਰਾਰ ਹੋਈ ਸੀ ਟਕਰਾਰ ਹੋਣ ਦੀ ਵਜ੍ਹਾ ਵੀ ਇਹ ਸੀ ਕਿ ਇਹ ਰਸਤਾ ਜਿਹੜਾ ਹੈਗਾ ਰਟਾਲਪਿੰਡ ਤੋਂ ਮੋਰਚੀ ਵਾਲੀ ਜਗ੍ਹਾ ਤੇ ਜਾਂਦਾ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਇਸੇ ਕਰਕੇ ਤਕਰਾਰ ਹੋਈ ਸੀ ਕਿਸਾਨ ਕਹਿੰਦੇ ਸੀ ਅਸੀਂ ਮੋਰਚੀ ਵਾਲੀ ਜਗ੍ਹਾ ਤੇ ਜਾਣਾ ਇਸੇ ਰਸਤੇ ਤੋਂ ਜਾਣਾ ਤੇ ਇਸੇ ਕਰਕੇ ਤਕਰਾਰ ਹੋਈ ਸੀ ਅੱਜ ਫਿਰ ਉਸੇ ਤਰੀਕੇ ਦੀ ਜਿਹੜੀ ਹੈਗੀ ਇੱਥੇ ਬੈਰੀਕੇਟਿੰਗ ਕੀਤੀ ਗਈ ਆ ਤਾਂ ਸੰਭਾਵਨਾ ਜਿਹੜੀ ਹੈਗੀ ਕੋਈ ਤਕਰਾਰਬਾਜ਼ੀ ਚ ਨਾ ਬਦਲੇ ਆ ਦੂਸਰਾ ਜੋ ਡਾਇਵਰਟ ਰਸਤਾ ਦਿੱਤਾ ਗਿਆ ਕਿਸਨ ਉਸ ਰਸਤੇ ਜਨ ਪ੍ਰਸ਼ਾਸਨ ਦੀ ਲਗਾਤਾਰੀ ਕੋਸ਼ਿਸ਼ ਹੈ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਅੱਗੇ ਜਿਹੜੀ ਅੱਗੇ ਪਾਰਕਿੰਗ ਨੂੰ ਲੈ ਕੇ ਸਮੱਸਿਆ ਆਉਂਦੀ ਔਰ ਇਹ ਰਸਤਾ ਜਿਹੜਾ ਹੈਗਾ ਖਾਸ ਤੌਰ ਤੇ ਪ੍ਰਸ਼ਾਸਨ ਦੇ ਲਈ ਅਸੀਂ ਛੱਡਿਆ ਹੋਇਆ ਤਾਂ ਇਹ ਤਕਰਾਰਬਾਜੀ ਦੀ ਇੱਕ ਵਜ੍ਹਾ ਬਣਦੀ ਇਹ ਰਸਤਾ ਵਜ੍ਹਾ ਬਣਦੀ ਆ ਔਰ ਦੂਸਰੇ ਪਾਸੇ ਐਸਕੇਮ ਕੀ ਹੱਲ ਕੱਢਦੇ ਐਸਕੇਮ ਦੇ ਨਾਲ ਜੋ ਪ੍ਰਸ਼ਾਸਨ ਦੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਕੀ ਹੱਲ ਨਜ਼ਰ ਆਉਂਦੇ ਕੱਲ ਹਾਈ ਕੋਰਟ ਵੱਲੋਂ ਕੀ ਹੁਕਮ ਆਉਂਦੇ ਨੇ ਇਹ ਸਭ ਤੋਂ ਵੱਡੀ ਗੱਲ ਹੋਵੇਗੀ ਤਾਂ ਇਸ ਨੂੰ ਲੈ ਕੇ ਹੁਣ ਲਗਾਤਾਰ ਇੱਥੇ ਜੋ ਕਿਸਾਨ ਪਹੁੰਚ ਰਹੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਇੱਥੇ ਪਹੁੰਚ ਰਹੇ ਨੇ ਇਹ ਉਹੀ ਜੋ ਲਗਾਤਾਰ ਤਸਵੀਰਾਂ ਅਸੀਂ ਪਹਿਲੇ ਦਿਨ ਤੋਂ ਦਿਖਾਉਂਦੇ ਰਹੇ ਆ ਰੂਟ ਡਾਈਵਰਟ ਇਹਨਾਂ ਦੀ ਕੀਤੇ ਜਾਂਦੇ ਨੇ ਕੁਝ ਕਿਸਾਨ ਆ ਅੱਖੀ ਵੀ ਲੱਗ ਜਾਂਦੇ ਨੇ ਕੁਝ ਕਿਸਾਨ ਇਸ ਗੱਲ ਤੇ ਰਹਿੰਦੇ ਵੀ ਨੇ ਕਿ ਸਾਨੂੰ ਜੋ ਰਸਤਾ ਜਾਂਦਾ ਉਹ ਰਸਤਾ ਹੀ ਸਾਨੂੰ ਜਿਹੜਾ ਹੈਗਾ ਉਹ ਦਿੱਤਾ ਜਾਵੇ ਤਾਂ ਇਸ ਨੂੰ ਲੈ ਕੇ ਬੀਤੇ ਦਿਨ ਵੀ ਲਗਾਤਾਰ ਮਾਹੌਲ ਜੋ ਵਿਗੜਦਾ ਰਹੇ ਤੇ ਅੱਜ ਵੀ ਜਿਹੜਾ ਹੈਗਾ ਉਸੇ ਰਸਤੇ ਤੋਂ ਕਿਸਾਨ ਆ ਰਹੇ ਨੇ ਤਾਂ ਉਹਨਾਂ ਨੂੰ ਇੱਕ ਰੋਕਣ ਦੂਸਰੇ ਰਸਤੇ ਜਾਣ ਦੀ ਜਾਂ ਰੋਕਣ ਦੀ ਇੱਕ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਹਾਲਾਂਕਿ ਇਹ ਦੋ ਰਸਤੇ ਰਾਖਵੇਂ ਰੱਖੇ ਗਏ ਨੇ ਕਿਸਾਨਾਂ ਦੇ ਲਈ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਹ ਰਸਤਾ ਨੇੜੇ ਪੈਂਦਾ ਹੈ ਤਾਂ ਉਸੇ ਕਰਕੇ ਜਿਹੜਾ ਹੈਗਾ ਉਹਨਾਂ ਕਿਸਾਨ ਜੀ ਜੀ ਕਾ ਵੀ ਜੀ ਠੀਕ ਹੈ ਠੀਕ ਹੈ ਫਿਲਹਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਮਨਿੰਦਰ ਦਾ तमाम ਤਸਵੀਨਾ ਲਈ ਜਾਣਕਾਰੀ ਦੇ ਲਈ ਵੀ ਅੱਗੇ ਵੀ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਸੋ ਪੁਲਿਸ ਦੀ ਅੱਜ ਸਿੰਘ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਹੈ ਤਾਂ ਦੇਖਣਾ ਹੋਵੇਗਾ ਕੀ ਕੁਝ ਅੱਜ ਮਸਲੇ ਦਾ ਹੱਲ ਨਿਬੜਦਾ ਹੈ ਤਾਂ ਦੂਸਰੇ ਪਾਸੇ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਣੀ ਹੈ ਐਸੇ ਹੀ ਮਾਮਲੇ ਨੂੰ ਲੈ ਕੇ ਸੋ ਬਕਾਇਦਾ ਅਨੀ ਠੰਡ ਦੇ ਵਿੱਚ ਵੀ ਤਰਨਾ ਕਰੀ ਇੱਥੇ ਡਟੇ ਹੋਏ ਨੇ ਮੰਕੀਤੀ ਚੱਲੀ ਹੈ ਕਿ ਗ੍ਰਫਤਾਰ ਕਿਸਾਨਾਂ ਨੂੰ ਛੱਡਿਆ ਜਾਵੇ ਪੁਲਿਸ ਵੱਲੋਂ ਦਰਜ ਸਾਰੇ ਪਰਸ਼ੇ ਰਾਤ ਕੀ ਤੇ ਜਾਣ ਇਹ ਸ਼ਰਾਬ ਫੈਕਟਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤਾ ਜਾਵੇ ਸੋ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜ਼ੀਰਾ ਦਿਵਸ ਪਿਛਲੇ 5 ਮਹੀਨਿਆਂ ਤੋਂ ਮੋਰਚਾ ਲਗਾਏ بیٹھے ਤਰਨਾਕਾਰੀ ਨਜ਼ਰ ਆ ਰਹੇ ਨੇ